ਮਿੰਟੂ ਜੀ, ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਮਾਮਲੇ ਦੇ ਵਿੱਚ ਆਖਰ ਨਾਇਬ ਵੀ ਚੁੱਕ ਲਏ ਗਏ ਆ ਜੀ? ਦੇਖੋ, ਇਹ ਜਿਹੜੀ ਭਰਤੀ ਹੋਈ ਸੀਗੀ ਇਹਦੇ ਵਿੱਚ ਪਹਿਲਾਂ ਤੇ ਸ਼ੁਰੂ ਚ ਇਹਨਾਂ ਨੇ PPSC ਵਾਲਿਆਂ ਨੇ ਜਾਂ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਨਹੀਂ ਨਹੀਂ ਸਾਰਾ ਕੁਝ ਠੀਕ ਹੋਇਆ ਜੀ, ਸਾਰਾ ਕੁਝ ਠੀਕ ਹੋਇਆ। ਇਹ ਨਾਇਬ ਤਹਿਸੀਲਦਾਰ ਰੱਖਣੇ ਸੀਗੇ 78 ਸ਼ਾਇਦ, ਤੇ ਉਦੋਂ ਰੌਲਾ ਪੈ ਗਿਆ ਜਦੋਂ ਇਹ ਜਿਹੜੀ ਮੈਰਿਟ ਆਈ ਤੇ ਉਹ ਜਿਹੜੇ ਜਰਨਲ ਸੀ ਉਹਨਾਂ ਦੇ ਵਿੱਚੋਂ ਲਾ ਲਓ 11-12 ਇਸ ਤਰ੍ਹਾਂ ਦੇ ਬੰਦੇ ਸੀਗੇ ਜਿਹੜੇ ਕਿ ਨਖਿੱਦ ਮੇਰੇ ਵਰਗੇ ਨਲਾਇਕ ਆਦਮੀ ਸੀਗੇ ਜਿਨ੍ਹਾਂ ਨੇ ਪਿਛਲੀਆਂ ਪ੍ਰੀਖਿਆਵਾਂ ਦੇ ਵਿੱਚ ਇੱਕ ਐਵਰੇਜ ਸਟੂਡੈਂਟ ਤੋਂ ਵੀ ਬਿਲੋ ਪ੍ਰਦਰਸ਼ਨ ਕੀਤਾ ਸੀਗਾ, ਮਤਲਬ ਕਿ ਜਿਹੜੀਆਂ ਭਰਤੀਆਂ ਦੇ ਪਿਛਲੇ 2-3 ਟੈਸਟ ਸਨ। ਉਹ ਸਭ ਦਾ ਧਿਆਨ ਖਿੱਚਿਆ ਗਿਆ ਕਿ ਬਈ ਐਸੀ ਕਿਹੜੀ ਗਿੱਦੜ ਸਿੰਘੀ ਇਹਨਾਂ ਦੇ ਹੱਥ ਲੱਗ ਗਈ ਆ, ਐਸੀ ਕਿਹੜੀ ਜੜੀ ਬੂਟੀ ਘੋਲ ਕੇ ਇਹਨਾਂ ਨੂੰ ਪਿਆ ਦਿੱਤੀ ਗਈ ਆ, ਐਸੇ ਕਿਹੜੇ ਤਵੀਤ ਡੋਲੇ ਦੇ ਨਾਲ ਬੰਨ ਦਿੱਤੇ ਗਏ ਆ ਕਿ ਜਿਹੜੇ ਬੰਦੇ ਬਿਲਕੁਲ ਨਖਿੱਦ ਤੇ ਨਲਾਇਕ ਨੇ ਉਹ ਇਸ ਪ੍ਰੀਖਿਆ ਦੇ ਟੌਪਰ ਬਣ ਗਏ ਕੁਛ ਹਫ਼ਤਿਆਂ ਬਾਅਦ ਹੀ। ਚਲੋ, ਮਤਲਬ ਕਿ ਹੁੰਦਾ ਵੀ ਆ ਕਿ ਥੋੜਾ ਬਹੁਤਾ ਬੰਦਾ ਛੜੱਪਾ ਵੱਡਾ ਮਾਰ ਜਾਂਦਾ ਕੋਈ 5%, 10%, ਪਰ ਜਿਹੜੇ ਹੁਣ ਦੇਖੋ ਤਿਆਰੀ ਕਰਦੇ ਆ ਬੱਚੇ, ਤੁਹਾਨੂੰ ਪਤਾ ਹੀ ਆ ਨਾ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕਿੰਨਾ ਜ਼ਿਆਦਾ ਇਲਮ ਹੁੰਦਾ ਕਿ ਆਉਣ ਯਾਰ ਕੀ ਕਰ ਰਿਹਾ, ਕਿੱਥੋਂ ਕੀ ਹੋ ਰਿਹਾ। ਤਾਂ ਉਹਨਾਂ ਨੇ ਜਦੋਂ ਰੌਲਾ ਪਾਇਆ ਫਿਰ ਮੀਡੀਆ ਅਤੇ ਇਸ ਤੋਂ ਇਲਾਵਾ ਰਾਜਨੀਤੀ ਚ ਇਹ ਮੁੱਦਾ ਉੱਠਿਆ, ਮਾਮਲਾ ਦਰਜ ਹੋਇਆ। ਜਿੱਦਾਂ ਮੈਂ ਕਿਹਾ ਕਿ ਪਹਿਲਾਂ ਤੇ ਇਹਨਾਂ ਨੇ ਕਿਹਾ ਕਿ ਨਹੀਂ ਜੀ ਕੁਛ ਨੀ ਹੈ, ਸਾਰਾ ਕੁਛ ਠੀਕ ਠਾਕ ਹੋਇਆ ਵਾ, ਪਰੰਤੂ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਆਪ ਹੀ PC ਕਰਕੇ ਦੱਸਿਆ ਕਿ ਜੀ ਨਕਲ ਚੱਲ ਗਈ ਸੀਗੀ। ਜਦੋਂ ਨਕਲ ਚੱਲ ਗਈ ਤਾਂ ਫਿਰ ਠੀਕ ਆ ਕਿ ਮੈਰਿਟ ਤਾਂ ਉਦਾਂ ਦੀ ਬਣਨੀ ਸੀਗੀ। ਫਿਰ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਚਲੋ ਤੁਸੀਂ ਕਰਵਾਉਣ ਵਾਲੇ ਬੰਦੇ ਤੇ ਫੜ ਲਏ, ਮੁੰਨਾ ਬਾਈ ਫੜ ਲਏ ਤੇ ਫਲਾਣੇ ਉਹਨਾਂ ਦੇ ਸਾਥੀ ਵੀ ਫੜ ਲਏ, ਕਿ ਜਿਹੜੇ ਬੰਦਿਆਂ ਨੇ ਤੁਸੀਂ ਆਪ ਦੱਸ ਰਹੇ ਹੋ ਕਿ 20-22 ਲੱਖ ਰੁਪਈਆ ਦਿੱਤਾ, ਹਾਲਾਂਕਿ ਕੁਛ ਇਹ ਵੀ ਦਾਅਵੇ ਆ ਰਹੇ ਨੇ ਕਿ 20-40 ਲੱਖ ਤੱਕ ਰੁਪਈਆ ਦਿੱਤਾ ਗਿਆ ਇਸ ਕੰਮ ਵਾਸਤੇ। ਉਹ ਕਰਦੇ ਕਿਵੇਂ ਸਨ? ਮਤਲਬ ਕਿ ਕੋਈ ਯੰਤਰ ਦੇ ਦਿੰਦੇ ਸਨ ਕਿ ਜਰਾਬਾ ਜਰੂਬਾ ਚ ਪਾ ਕੇ ਲੈ ਜਾਓ। ਹੁਣ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇੱਥੇ ਕੜੇ ਤੱਕ ਤੇ ਲੁਹਾ ਲਏ ਜਾਂਦੇ ਕਈ ਵਾਰ ਗੁਰਸਿੱਖ ਬੱਚੇ ਬੱਚੀਆਂ ਦੇ, ਰੌਲਾ ਪੈਂਦਾ ਤੇ ਜਰਾਬਾਂ ਚੈੱਕ ਨਹੀਂ ਕੀਤੀਆਂ ਜਾਂਦੀਆਂ। ਫਿਰ ਉੱਥੇ ਮਤਲਬ ਕਿ ਇਹਨਾਂ ਨੇ ਡੰਮੀ ਉਮੀਦਵਾਰ ਬਿਠਾਏ ਹੁੰਦੇ ਜਿਹੜੇ ਕਿ ਕੈਮਰਿਆਂ ਨਾਲ ਕਲਿੱਕ ਕਰਦੇ ਫੋਟੋਆਂ, ਜਿਵੇਂ ਅੱਜ ਕੱਲ ਪੈਨ ਦੇ ਵਿੱਚ ਕੈਮਰਾ ਹੁੰਦਾ ਹੈ, ਉਹ ਫਿਰ ਮਤਲਬ ਕਿ ਦੱਸ ਦਿੰਦੇ। ਤਾਂ ਫਿਰ ਇਹ ਜਿਹੜਾ ਉਮੀਦਵਾਰ ਅਸਲੀ ਉਮੀਦਵਾਰ ਜਿਹਦੇ ਪੈਸੇ ਦਿੱਤੇ ਹੁੰਦੇ ਤਾਂ ਉਹ ਇੱਕ ਵਾਰੀ ਖੰਘਦਾ, ਤਾਂ ਇਹ ਜਿਵੇਂ ਕੁਐਸਚਨ ਪੇਪਰ ਆਉਂਦੇ ਆ ਇਹ ਕੈਟਾਗਰੀ ਦਾ, ਬੀ ਕੈਟਾਗਰੀ ਦਾ, ਮਤਲਬ ਕਿ ਇਕੱਠੇ ਨਹੀਂ ਆਉਂਦੇ ਹੁੰਦੇ, ਆਪਾਂ ਨੂੰ ਪਤਾ ਇੱਕ ਨੂੰ ਛੱਡ ਕੇ ਇਹ, ਇੱਕ ਨੂੰ ਛੱਡ ਕੇ ਬੀ, ਏਦਾਂ ਜਾਂਦਾ ਹੁੰਦਾ ਹੈ। ਤਾਂ ਹੋਇਆ ਕਿ ਫਿਰ ਉਹ ਜਦੋਂ ਖੰਘਦੇ ਸੀ ਤੇ ਅੱਗੋਂ ਉਹ ਜਿਹੜੇ ਬੰਦੇ ਸੋਲਵਰ ਸੀਗੇ ਉਹ ਸੋਲਵ ਕਰਕੇ ਦੱਸੀ ਜਾਂਦੇ ਸੀ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਕੰਨਾਂ ਚ ਆਵਾਜ਼ ਜਾਂਦੀ ਸੀ। ਇਸ ਤਰ੍ਹਾਂ ਇੱਕ ਨੈਟਵਰਕ ਇਹਨਾਂ ਨੇ ਫਾਸ਼ ਕਰ ਦਿੱਤਾ, ਦਾਅਵਾ ਕੀਤਾ। ਪਰ ਵੱਡਾ ਸਵਾਲ ਇਹ ਸੀਗਾ ਕਿ ਬਈ ਜਿਹੜੇ ਬੰਦੇ ਇਸ ਤਰ੍ਹਾਂ ਦਾ ਜੁਗਾੜ ਕਰ ਗਏ ਨੇ ਤੁਸੀਂ ਉਹਨਾਂ ਨੂੰ ਕਦ ਫੜੋਗੇ, ਤੁਸੀਂ ਉਹਨਾਂ ਨੂੰ ਕਦੋਂ ਪਕੜੋਗੇ? ਤਾਂ ਫਿਰ ਹੁਣ ਇਹਨਾਂ ਨੇ 2 ਫੜ ਲਏ ਨੇ, ਹਾਲਾਂਕਿ 2 ਦਾ ਰਿਮਾਂਡ ਖਤਮ ਹੋ ਗਿਆ, ਉਹਨਾਂ ਨੂੰ ਸ਼ਾਇਦ ਜੁਡੀਸ਼ੀਅਲ ਵੀ ਕਰ ਦਿੱਤਾ ਜਾਏਗਾ, ਪਰੰਤੂ ਜਿਹੜੇ ਦੂਸਰੇ ਨੇ ਹਾਲੇ ਪਹੁੰਚ ਤੋਂ ਬਾਹਰ ਆ। ਤਾਂ ਕਿਉਂਕਿ ਇਹਨਾਂ ਨੇ ਨੈਬ ਲੱਗਣਾ ਸੀ, ਨੈਬ ਤਕਰੀਬਨ ਲੱਗ ਚੁੱਕੇ ਸੀ, ਸਾਰਾ ਕੰਮ ਡਨ ਹੋ ਗਿਆ। ਤਾਂ ਜਦੋਂ ਇਹ ਭਰਤੀ ਦਾ ਸਾਰਾ ਗੜਬੜ ਚਾਲਾ ਫੜਿਆ ਗਿਆ, ਹੁਣ ਇਹਨਾਂ ਨੂੰ ਅੰਦਰ ਜਾਣਾ ਪਵੇਗਾ। ਪਰ ਤੁਸੀਂ ਸੋਚੋ ਜੇਕਰ ਇਹ ਬੰਦੇ ਸੀਟਾਂ ਤੇ ਬੈਠ ਜਾਂਦੇ, ਚੇਅਰਾਂ ਤੇ ਬੈਠ ਜਾਂਦੇ, ਤਾਂ ਕੀ ਨਿਆਂ ਕਰਦੇ? ਬਿਲਕੁਲ, ਕੀ ਆਪਣੀ ਡਿਊਟੀ ਦਿੰਦੇ? ਉਹਨਾਂ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ 20-30-40 ਲੱਖ ਰੁਪਇਆ ਜਿੰਨਾ ਵੀ ਭਰਿਆ ਸੀਗਾ ਉਹ ਵਸੂਲ ਕਰਨਾ ਸੀ, ਫਿਰ ਉਸ ਤੋਂ ਬਾਅਦ ਹੀ ਕੋਈ ਦੇਖਦੇ। ਤੋ ਇਹ ਭਰਤੀ ਘੁਟਾਲਾ, ਔਰ ਇੱਕ ਐਸਾ ਭਰਤੀ ਘੁਟਾਲਾ ਜਿਹਨੇ ਪਿੱਛੇ ਜੋ ਭਰਤੀ ਘੁਟਾਲੇ ਹੋਏ ਆ ਉਹਨੂੰ ਇੱਕ ਵਾਰੀ ਫਿਰ ਪ੍ਰਮਾਣਿਤ ਕੀਤਾ ਕਿ ਸਿਲਸਿਲਾ ਚੱਲੀ ਜਾਂਦਾ ਹੈ ਪੜਾਅ ਦਰ ਪੜਾਅ, ਜਿਹੜੀ ਭਰਤੀ ਆਉਂਦੀ ਉਹਦੇ ਵਿੱਚ ਕੁਛ ਨਾ ਕੁਛ ਨਿਕਲ ਆਉਂਦਾ। ਤਾਂ ਦੇਖਦੇ ਆ ਹੁਣ ਅੱਗੇ ਕੀ ਨਿਕਲਦਾ। ਪਰ 2 ਉਮੀਦਵਾਰ ਹੀ ਇਹਨਾਂ ਨੇ ਚੁੱਕੇ, ਹਾਲੇ 10 ਦੇ ਕਰੀਬ ਜਿਹੜੇ ਆ ਉਹ ਬਾਕੀ ਨੇ ਫੜਨੇ। ਪਰ ਵੱਡਾ ਸਵਾਲ ਇਹ ਆ ਕਿ ਉਹ ਚੱਲਦੀ PC ਦੇ ਵਿੱਚ ਜਿਹੜੇ ਕਹਿ ਰਹੇ ਸਨ ਸ਼ੀਨਾ ਸਾਹਿਬ ਕਿ ਦੇਖੋ ਜੀ ਇਸ ਤਰ੍ਹਾਂ ਦਾ ਕੋਈ ਹੋਰ ਮਾਮਲਾ ਨਹੀਂ ਹੈਗਾ ਨਕਲ ਦਾ, ਜਦਕਿ ਇਹਨਾਂ ਦੇ ਆਪਣੇ ਪਟਿਆਲਾ ਪੁਲਿਸ ਦੇ ਆਪਣੇ ਹੀ ਥਾਣੇ ਦੇ ਵਿੱਚ 192 ਨੰਬਰ FIR ਦਰਜ ਆ, ਜਿਹੜੀ ਪਿਛਲੇ
ਇੱਕ ਦੋ ਮਹੀਨਿਆਂ ਦੀ ਹੈ, ਜਿਹਦੇ ਵਿੱਚ ਇਹਨਾਂ ਨੇ ਖੁਦ ਦਰਜ ਕੀਤਾ ਹੋਇਆ ਕਿ ਇੱਕ ਭਰਤੀ ਘੁਟਾਲਾ ਜਿਹੜਾ ਕੋਪਰੇਟਿਵ ਸੋਸਾਇਟੀ ਦੇ ਇੰਸਪੈਕਟਰ ਸ਼ਾਇਦ ਰੱਖਣੇ ਸਨ ਉਹਦੇ ਵਿੱਚ ਵੀ ਹੋਇਆ।